ਕੱਲ੍ਹ ਮੌੜ ਮੰਡੀ ਸੀ, ਅੱਜ ਬਟਾਲਾ ਹੈ। ਚਾਰ ਲੋਕਾਂ ਦਾ, ਬੇਕਸੂਰਾਂ ਦਾ ਕਤਲੇਆਮ ਹੋ ਗਿਆ। ਦੋ ਰਾਈਵਲ ਗਰੁੱਪ ਇੱਕ ਦੂਜੇ ਨੂੰ ਮਾਰ ਗਏ। ਹਾਲਾਤ ਐਡੇ ਮਾੜੇ ਨੇ ਪੰਜਾਬ ਦੇ। ਗੈਂਗਸਟਰਸ ਦਾ ਰਾਜ ਆ, ਆਤੰਕ ਦਾ ਰਾਜ ਆ ਇੱਥੇ, ਗੁੰਡਿਆਂ ਦਾ ਰਾਜ ਆ ਇੱਥੇ। ਨੋ ਮੈਨ ਲੈਂਡ ਬਣ ਚੁੱਕਿਆ ਜਦੋਂ ਦੇ ਭਗਵੰਤ ਮਾਨ ਦੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਬਣੀ ਆ। ਕੋਈ ਕਿਸੇ ਦੇ ਕੰਟਰੋਲ 'ਚ ਨਹੀਂ। ਪੁਲਿਸ ਇਸ ਤਰ੍ਹਾਂ ਕਿ ਜਿਵੇਂ ਬੇਬਸ ਹੋ ਚੁੱਕੀ ਹੋਵੇ। ਨਸ਼ੇ ਤਸਕਰ ਵਾਲੇ ਨਸ਼ੇ ਦੇ ਉੱਤੇ ਭਾਰੀ ਹੋ ਗਏ ਨੇ। ਗੈਂਗਸਟਰਸ ਗੈਂਗਸਟਰ ਦੇ ਨਾਲ ਸਟੇਟ ਚਲਾ ਰਹੇ ਨੇ, ਔਰ ਭਗਵੰਤ ਮਾਨ ਦੇ ਹੱਥ 'ਚ ਕੋਈ ਕੰਟਰੋਲ ਨਹੀਂ। ਦਿੱਲੀ ਦੀ ਜਿਹੜੀ ਲੋਕ ਸਰਕਾਰ ਚਲਾ ਰਹੇ ਨੇ ਆਮ ਆਦਮੀ ਪਾਰਟੀ ਦੇ, ਦਿੱਲੀ 'ਚੋਂ ਬਹਿ ਕੇ ਰਿਮੋਟ ਕੰਟਰੋਲ ਦੇ ਨਾਲ, ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਦੇ ਪਏ ਨੇ, ਨਸ਼ਾ ਵੇਚ ਕੇ ਲੁੱਟਦੇ ਪਏ ਨੇ, ਗੈਂਗਸਟਰਾਂ ਤੋਂ ਹਫ਼ਤਾ ਲੈ ਕੇ ਲੁੱਟਦੇ ਪਏ ਨੇ, ਔਰ ਆਮ ਆਦਮੀ ਪਾਰਟੀ ਦੇ MLA ਤੱਕ ਸੁਰੱਖਿਅਤ ਨਹੀਂ। ਭਗਵੰਤ ਮਾਨ ਜੀ, ਜਾਗੋ ਜਾਗੋ, ਆਪਣੀ ਗੈਰਤ ਨੂੰ ਜਗਾਓ, ਜਗਾਓ ਆਪਣੇ ਆਪ ਨੂੰ, ਔਰ ਜਾਗੋ। ਜੇ ਤੁਸੀਂ ਨਾ ਜਾਗੇ, ਇਹ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਾ। ਕਈ ਸਾਲਾਂ ਤੱਕ ਵੀ ਇਸ ਪੰਜਾਬ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਤਬਾਹੀ ਆ, ਇਹਦੀ ਕੱਲ੍ਹ ਮੌੜ ਮੰਡੀ ਸੀ, ਅੱਜ ਬਟਾਲਾ ਹੈ। ਚਾਰ ਲੋਕਾਂ ਦਾ, ਬੇਕਸੂਰਾਂ ਦਾ ਕਤਲੇਆਮ ਹੋ ਗਿਆ। ਦੋ ਰਾਈਵਲ ਗਰੁੱਪ ਇੱਕ ਦੂਜੇ ਨੂੰ ਮਾਰ ਗਏ। ਹਾਲਾਤ ਐਡੇ ਮਾੜੇ ਨੇ ਪੰਜਾਬ ਦੇ। ਗੈਂਗਸਟਰਸ ਦਾ ਰਾਜ ਆ, ਆਤੰਕ ਦਾ ਰਾਜ ਆ ਇੱਥੇ, ਗੁੰਡਿਆਂ ਦਾ ਰਾਜ ਆ ਇੱਥੇ। ਨੋ ਮੈਨ ਲੈਂਡ ਬਣ ਚੁੱਕਿਆ ਜਦੋਂ ਦੇ ਭਗਵੰਤ ਮਾਨ ਦੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਬਣੀ ਆ। ਕੋਈ ਕਿਸੇ ਦੇ ਕੰਟਰੋਲ 'ਚ ਨਹੀਂ। ਪੁਲਿਸ ਇਸ ਤਰ੍ਹਾਂ ਕਿ ਜਿਵੇਂ ਬੇਬਸ ਹੋ ਚੁੱਕੀ ਹੋਵੇ। ਨਸ਼ੇ ਤਸਕਰ ਵਾਲੇ ਨਸ਼ੇ ਦੇ ਉੱਤੇ ਭਾਰੀ ਹੋ ਗਏ ਨੇ। ਗੈਂਗਸਟਰਸ ਗੈਂਗਸਟਰ ਦੇ ਨਾਲ ਸਟੇਟ ਚਲਾ ਰਹੇ ਨੇ, ਔਰ ਭਗਵੰਤ ਮਾਨ ਦੇ ਹੱਥ 'ਚ ਕੋਈ ਕੰਟਰੋਲ ਨਹੀਂ। ਦਿੱਲੀ ਦੀ ਜਿਹੜੀ ਲੋਕ ਸਰਕਾਰ ਚਲਾ ਰਹੇ ਨੇ ਆਮ ਆਦਮੀ ਪਾਰਟੀ ਦੇ, ਦਿੱਲੀ 'ਚੋਂ ਬਹਿ ਕੇ ਰਿਮੋਟ ਕੰਟਰੋਲ ਦੇ ਨਾਲ, ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਦੇ ਪਏ ਨੇ, ਨਸ਼ਾ ਵੇਚ ਕੇ ਲੁੱਟਦੇ ਪਏ ਨੇ, ਗੈਂਗਸਟਰਾਂ ਤੋਂ ਹਫ਼ਤਾ ਲੈ ਕੇ ਲੁੱਟਦੇ ਪਏ ਨੇ, ਔਰ ਆਮ ਆਦਮੀ ਪਾਰਟੀ ਦੇ MLA ਤੱਕ ਸੁਰੱਖਿਅਤ ਨਹੀਂ। ਭਗਵੰਤ ਮਾਨ ਜੀ, ਜਾਗੋ ਜਾਗੋ, ਆਪਣੀ ਗੈਰਤ ਨੂੰ ਜਗਾਓ, ਜਗਾਓ ਆਪਣੇ ਆਪ ਨੂੰ, ਔਰ ਜਾਗੋ। ਜੇ ਤੁਸੀਂ ਨਾ ਜਾਗੇ, ਇਹ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਾ। ਕਈ ਸਾਲਾਂ ਤੱਕ ਵੀ ਇਸ ਪੰਜਾਬ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਤਬਾਹੀ ਆ, ਇਹਦੀ ਪੂਰਤੀ ਨਹੀਂ ਬਾਅਦ 'ਚ ਹੋ ਸਕਣੀ। ਕੱਲ੍ਹ ਮੌੜ ਮੰਡੀ ਸੀ, ਅੱਜ ਬਟਾਲਾ ਹੈ। ਚਾਰ ਲੋਕਾਂ ਦਾ, ਬੇਕਸੂਰਾਂ ਦਾ ਕਤਲੇਆਮ ਹੋ ਗਿਆ। ਦੋ ਰਾਈਵਲ ਗਰੁੱਪ ਇੱਕ ਦੂਜੇ ਨੂੰ ਮਾਰ ਗਏ। ਹਾਲਾਤ ਐਡੇ ਮਾੜੇ ਨੇ ਪੰਜਾਬ ਦੇ। ਗੈਂਗਸਟਰਸ ਦਾ ਰਾਜ ਆ, ਆਤੰਕ ਦਾ ਰਾਜ ਆ ਇੱਥੇ, ਗੁੰਡਿਆਂ ਦਾ ਰਾਜ ਆ ਇੱਥੇ। ਨੋ ਮੈਨ ਲੈਂਡ ਬਣ ਚੁੱਕਿਆ ਜਦੋਂ ਦੇ ਭਗਵੰਤ ਮਾਨ ਦੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਬਣੀ ਆ। ਕੋਈ ਕਿਸੇ ਦੇ ਕੰਟਰੋਲ 'ਚ ਨਹੀਂ। ਪੁਲਿਸ ਇਸ ਤਰ੍ਹਾਂ ਕਿ ਜਿਵੇਂ ਬੇਬਸ ਹੋ ਚੁੱਕੀ ਹੋਵੇ। ਨਸ਼ੇ ਤਸਕਰ ਵਾਲੇ ਨਸ਼ੇ ਦੇ ਉੱਤੇ ਭਾਰੀ ਹੋ ਗਏ ਨੇ। ਗੈਂਗਸਟਰਸ ਗੈਂਗਸਟਰ ਦੇ ਨਾਲ ਸਟੇਟ ਚਲਾ ਰਹੇ ਨੇ, ਔਰ ਭਗਵੰਤ ਮਾਨ ਦੇ ਹੱਥ 'ਚ ਕੋਈ ਕੰਟਰੋਲ ਨਹੀਂ। ਦਿੱਲੀ ਦੀ ਜਿਹੜੀ ਲੋਕ ਸਰਕਾਰ ਚਲਾ ਰਹੇ ਨੇ ਆਮ ਆਦਮੀ ਪਾਰਟੀ ਦੇ, ਦਿੱਲੀ 'ਚੋਂ ਬਹਿ ਕੇ ਰਿਮੋਟ ਕੰਟਰੋਲ ਦੇ ਨਾਲ, ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਦੇ ਪਏ ਨੇ, ਨਸ਼ਾ ਵੇਚ ਕੇ ਲੁੱਟਦੇ ਪਏ ਨੇ, ਗੈਂਗਸਟਰਾਂ ਤੋਂ ਹਫ਼ਤਾ ਲੈ ਕੇ ਲੁੱਟਦੇ ਪਏ ਨੇ, ਔਰ ਆਮ ਆਦਮੀ ਪਾਰਟੀ ਦੇ MLA ਤੱਕ ਸੁਰੱਖਿਅਤ ਨਹੀਂ। ਭਗਵੰਤ ਮਾਨ ਜੀ, ਜਾਗੋ ਜਾਗੋ, ਆਪਣੀ ਗੈਰਤ ਨੂੰ ਜਗਾਓ, ਜਗਾਓ ਆਪਣੇ ਆਪ ਨੂੰ, ਔਰ ਜਾਗੋ। ਜੇ ਤੁਸੀਂ ਨਾ ਜਾਗੇ, ਇਹ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਾ। ਕਈ ਸਾਲਾਂ ਤੱਕ ਵੀ ਇਸ ਪੰਜਾਬ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਤਬਾਹੀ ਆ, ਇਹਦੀ ਪੂਰਤੀ ਨਹੀਂ ਬਾਅਦ 'ਚ ਹੋ ਸਕਣੀ।